22 ਨੂੰ ਹਿਸਾਰ ਵਿੱਚ, 31 ਨੂੰ ਮੋੜਾ ਮੰਡੀ ਅੰਬਾਲਾ ਵਿੱਚ ਵੱਡੀਆਂ ਸ਼ਹੀਦੀ ਸਮਾਗਮ ਕਰਕੇ ਜਿਹੜੇ ਆ ਸਰਕਾਰ ਦਾ ਚਿਹਰਾ ਨੰਗਾ ਕੀਤਾ ਜਾਊਗਾ। ਆਰਐਸਐਸ ਦੇ ਦੱਤਾਤਰੇ ਜੀ ਦਾ ਬਿਆਨ ਆਇਆ ਵੀ ਕਿਸਾਨ ਅੰਦੋਲਨ ਦੇ ਥਰੂ ਦੇਸ਼ ਵਿੱਚ ਗੜਬੜੀ ਫੈਲਾਉਣ ਦਾ ਯਤਨ ਹੋ ਰਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪੀਸਫੁਲੀ ਅੰਦੋਲਨ ਕਰਨਾ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਵਾਲਾ ਗੱਲ ਲੱਗਦੀ ਆ। ਉਹ ਇਹ ਦੱਸਣ ਵੀ ਜਿਹੜੀ ਹਰਿਆਣੇ ਦੇ ਬਾਰਡਰ ਆ ਉਹ ਕੌਮਾਂਤਰੀ ਸਰਹੱਦ ਵਿੱਚ ਕਿਉਂ ਬਦਲੇ ਗਏ, ਕਿਹੜੀ ਸਰਕਾਰ ਨੇ ਅਜੇ ਤੱਕ ਹਾਈਵੇ ਦੇ ਵਿੱਚ ਕੰਧਾਂ ਕੀਤੀਆਂ, ਕਿੰਨਾ ਨੇ ਔਰ ਕਿਉਂ ਸਾਡਾ ਸ਼ਹੀਦ ਸੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਕੀ MSP ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਕਰਨਾ ਉਹਨਾਂ ਨੂੰ ਦੇਸ਼ ਦੇ ਵਿੱਚ ਗੜਬੜੀ ਵਾਲੀ ਗੱਲ ਲੱਗਦੀ ਹੈ? ਕੀ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ ਮੁਕਤੀ ਦੀ ਗੱਲ ਕਰਨਾ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਦੀ ਗੱਲ ਲੱਗਦੀ ਆ? C250 ਦੇ ਅਨੁਸਾਰ ਫਸਲਾਂ ਦੇ ਭਾਅ ਮੰਗਣਾ ਕੀ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਦੀ ਗੱਲ ਲੱਗਦੀ ਹੈਗੀ ਆ? ਅਰ ਇਹ ਤੋਂ ਗਾਹਾਂ ਸਵੈਮ ਭਾਜਪਾ ਇਹਨਾਂ ਗੱਲਾਂ ਦੇ ਵਾਅਦੇ ਕਰਕੇ ਆਈ, 2 ਸਾਲ ਹੋ ਗਏ ਚਿੱਠੀ ਲਿਖ ਕੇ ਕਮਿਟਮੈਂਟ ਕੀਤੀ, ਪੂਰਾ ਨਹੀਂ ਕੀਤਾ ਗਿਆ। ਇਹ ਤੋਂ ਗੱਲ ਲਖੀਮਪੁਰ ਖੀਰੀ ਦਾ ਇਨਸਾਫ ਮੰਗਣਾ, ਉਹਨਾਂ ਦੇ ਕਾਤਲਾਂ ਨੂੰ ਟਿਕਟ ਦਿੱਤੀ ਉਹਦਾ ਵਿਰੋਧ ਕਰਨਾ ਕਿ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਵਾਲੀ ਗੱਲ ਲੱਗਦੀ ਆ? ਕਿ ਬਿਜਲੀ ਬਿੱਲ 2023 'ਚ ਵੀ ਬਣਾ ਦੇਣਾ, ਸਾਡੇ ਨਾਲ ਵਾਅਦਾ ਕਰਨਾ ਵੀ ਖਪਤਕਾਰਾਂ ਨੂੰ ਪੁੱਛ ਕੇ ਲਿਆਵਾਂਗੇ, ਉਹਦਾ ਵਿਰੋਧ ਕਰਨਾ ਕਿ ਦੇਸ਼ ਵਿੱਚ ਗੜਬੜੀ ਫੈਲਾਉਣ ਵਾਲੀ ਗੱਲ ਲੱਗਦੀ ਆ? ਕਿ WTO ਤੋਂ ਭਾਰਤ ਬਾਹਰ ਆਵੇ ਇਹ ਗੱਲ ਕਰਨਾ ਜਾਂ ਫਸਲੀ ਬੀਮਾ ਯੋਜਨਾ ਦੀ ਮੰਗ ਕਰਨਾ, ਇਹ ਕਿੱਧਰੋਂ ਦੇਸ਼ ਵਿੱਚ ਗੜਬੜੀ ਫੜਾਉਣ ਵਾਲੀਆਂ ਗੱਲਾਂ ਲੱਗਦੀਆਂ ਨੇ? ਅਸਲ ਵਿੱਚ ਇਹ ਆ ਵੀ RSS ਦਾ ਤੇ ਭਾਜਪਾ ਦੀ ਸਰਕਾਰ ਦਾ ਅਸੀਂ ਚਿਹਰਾ ਨੰਗਾ ਕਰ ਦਿੱਤਾ, ਜਿਹਦਾ RSS ਨੂੰ ਦੁੱਖ ਹੋਣਾ ਵਾ। ਹਾਂ, RSS ਦੇ ਤੇ ਭਾਜਪਾ ਦੇ ਕਿਸਾਨ ਮਜ਼ਦੂਰ ਸਾਡੀ ਹਮਾਇਤ ਕਰ ਰਹੇ ਆ, ਇਹਦਾ ਸਰਵੇ ਉਹਨਾਂ ਨੂੰ ਕਰਵਾ ਲੈਣਾ ਚਾਹੀਦਾ। ਪ੍ਰਧਾਨ ਮੰਤਰੀ ਜੀ ਕਹਿੰਦੇ ਆ ਗਾਂ ਆਉਣ ਵਾਲੇ ਵਿੱਚ ਤੀਜੀ ਵੱਡੀ ਅਰਧ ਵਿਵਸਥਾ ਅਸੀਂ ਬਣਾਵਾਂਗੇ। ਉਹ ਭਾਈ ਕਿਵੇਂ ਬਣ ਜੂਗੀ? ਏਡੀ ਵੱਡੀ ਆਬਾਦੀ ਨੂੰ, 80 ਕਰੋੜ ਕਿਸਾਨਾਂ ਨੂੰ ਇਨਸਾਫ ਨਾ ਦੇ ਕੇ ਤੁਸੀਂ ਕਿੱਦਾਂ ਇਹ ਵੱਡੀ ਅਰਧ ਵਿਵਸਥਾ ਬਣਾ ਲਓਗੇ? ਤੋ ਇਸ ਕਰਕੇ ਆ ਵੀ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ, RSS ਅੰਦੋਲਨ ਨੂੰ ਬਦਨਾਮ ਕਰਨ ਲਈ ਸਿਰ ਤੋੜ ਜੋੜ ਲਾ ਰਹੀ ਆ। ਇਹ ਚਾਲ ਵੀ ਆਉਣ ਵਾਲੇ ਸਮੇਂ 'ਚ ਕੁੱਟੀ ਜਾਊਗੀ। ਧੰਨਵਾਦ। ਅਗਰ ਇਹ ਵੀਡੀਓ ਆਪਕੋ ਪਸੰਦ ਆਇਆ ਹੈ ਤੋ ਇਸੇ ਲਾਈਕ ਜ਼ਰੂਰ ਕਰੇਂ। ਅਗਰ ਚੈਨਲ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਕਰ ਲੇ, ਔਰ ਨੋਟੀਫਿਕੇਸ਼ਨ ਪਾਣੇ ਕੇ ਲਿਏ ਬੈਲ ਆਇਕਨ ਭੀ ਦਬਾ ਦੇ।